हाँ जी, असं बनाने जा रहे हैं जी समोसे। तो ये साढ़े को लगभग 1 किलो के करीब मैदा, ठीक है जी। तो मैदे बिच आप पावे थोड़ा जिहा घी, ठीक है जी। तो घी आप पहला गर्म करांगे, ये वाला घी साडा, ये वाला घी लगभग असं गर्म किया जी। 1 किलो के, 1 किलो के लगभग आप 200 ग्राम इंस्टॉल करांगे, 200 ग्राम पा देंगे जी। तो ये आप पा देंगे जी थोड़ी जी अजवाइन, तो नाल ही नमक, नमक स्वाद अनुसार। ते थोड़ी जी अपना कस्तूरी मेथी बनाई जाते, पावे पानी, पा देंगे अपना ਇਹ ਭਾਜੀ, ਉਹ ਆਇਲ ਗਰਮ ਕੀਤਾ ਹੋਇਆ ਕਿ ਲਗਭਗ 200 ਗ੍ਰਾਮ ਦੇ ਕਰੀਬ ਆਟਾ ਗੁੰਨਾਂਗੇ। ਚਲੋ ਜੀ, ਇਸ ਤਰ੍ਹਾਂ ਚੱਲ ਰਿਹਾ ਜੀ, ਗੁੰਨ ਰਹੇ ਨੇ ਜੀ ਆਪਾਂ। ਇਸ ਤਰ੍ਹਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਜੀ। ਇਸ ਤਰ੍ਹਾਂ ਮਲਦੇ ਜਾਵਾਂਗੇ ਜੀ ਇਹਨੂੰ, ਇਹਨੂੰ ਬਿਲਕੁਲ ਹਾਰਡ ਰੱਖਣਾ ਇਸ ਤਰ੍ਹਾਂ। ਲਓ ਜੀ, ਇਹ ਸਾਡਾ ਡੋ ਬਿਲਕੁਲ ਤਿਆਰ ਹੋ ਚੁੱਕਾ ਹੈ। ਇਹ ਬਿਲਕੁਲ ਹਾਰਡ ਹੋਣਾ ਚਾਹੀਦਾ ਜੀ, ਦੇਖੋ ਮੈਂ ਤੁਹਾਨੂੰ ਦਬਾ ਕੇ ਦੱਸਦਾ, ਬਿਲਕੁਲ ਹਾਰਡ ਹੋਣਾ ਚਾਹੀਦਾ, ਬਹੁਤ ਜ਼ਿਆਦਾ ਸੌਫਟ ਨਹੀਂ ਚਾਹੀਦਾ। ਚਲੋ ਹੁਣ ਆਪਾਂ ਇਹਦੇ ਬਣਾਉਂਦੇ ਹਾਂ ਸਮੋਸੇ। ਇਸ ਤਰ੍ਹਾਂ ਆਪਾਂ ਬੇਲਾਂਗੇ ਇਹਨੂੰ, ਕਟਿੰਗ ਕਰਕੇ ਰੱਖ ਲਾਂਗੇ ਜੀ। ਇਹ ਸਾਡੇ ਕੋਲ ਡੋ ਫਾਲਤੂ ਹੋ ਗਿਆ ਜੀ, ਅਤੇ ਆਪਾਂ ਇਹਦੀ ਮਟਰੀ ਬਣਾ ਦਾਂਗੇ ਜੀ। ਇਹ ਲਗਭਗ ਸਾਡੇ 42 ਪੀਸ ਬਣ ਜਾਣਗੇ ਸਮੋਸਿਆਂ ਦੇ। ਇਸ ਤਰ੍ਹਾਂ ਅਸੀਂ ਜੀ ਪੇੜੇ ਦਾ ਫੁਲਕਾ ਬਣਾਵਾਂਗੇ। ਇਹਨੂੰ ਸੈਂਟਰ ਤੋਂ ਕਟਿੰਗ ਕਰ ਦਾਂਗੇ। ਇਹ ਦੋਸਤੋ ਜਿਹੜਾ ਆਟਾ ਹੈ ਥੋੜ੍ਹਾ ਸਖਤ ਹੀ ਹੁੰਦਾ, ਅਤੇ ਇਹਨੂੰ ਬੇਲਣ ਵਾਸਤੇ ਵੀ ਜ਼ੋਰ ਲੱਗਦਾ, ਇਸ ਕਰਕੇ ਥੋੜ੍ਹਾ ਆਟਾ ਹਾਰਡ ਹੀ ਰੱਖਣਾ ਪੈਂਦਾ ਜੀ।
ਮੈਸ਼ ਕਰਦੇ ਬਸ ਫੇਰ ਦੇ ਇਹਨਾਂ ਨੂੰ ਹੋਰ ਕੇ ਹੋਰ ਹੋਰ ਬਿਲਕੁਲ ਕਿਆ ਬਸ ਬੜੇ ਮੜੇ ਮੈਂ ਉਹ ਦਾਦਾ ਫੇਰ ਬਣਾ ਬਣਾ ਕੇ ਪੜਾ ਦੇ ਮੈਂ ਉਹ ਵੀ ਪੁੱਛਦੀ ਨਾ ਬਾਤ ਨਾ ਭੋਰ ਮਰ ਗਰ ਮੈਂ ਠੰਡੀ ਹੋ ਗਈ ਬਸ ਇਹ ਨਹੀਂ ਭੋਰ ਦੇ ਬਸ ਆਲੂ ਜੀ ਤੇ ਆਲੂ ਮੈਸ਼ ਹੋ ਰਹੇ ਨੇ ਆਲੂ ਸਾਰੇ ਮੈਸ਼ ਹੋ ਚੁੱਕੇ ਨੇ ਜੀ ਇਸ ਪੈਨ ਦੇ ਵਿੱਚ ਆਪਾਂ ਪਾਇਆ ਥੋੜ੍ਹਾ ਜਿਹਾ ਤੇਲ ਰਿਫਾਈਂਡ ਇਹਨੂੰ ਗਰਮ ਕਰਾਂਗੇ ਜੀ ਇਹ ਪਾਇਆ ਆਪਾਂ ਸਾਬਤ ਧਨੀਆ ਲਗਭਗ ਕੋਈ 3-4 ਚਮਚ ਪਾਤੇ ਆਪਾਂ ਬਸ ਸੌਤੇ ਕਰਾਂਗੇ ਅਤੇ ਜੀਰਾ ਪਾਤਾ ਜੀ ਆਪਾਂ ਧਨੀਆ ਪਹਿਲਾਂ ਆਪਾਂ ਚੰਗੀ ਤਰ੍ਹਾਂ ਭੁੰਨੇ ਜੀ ਭੁੰਨਣ ਤੋਂ ਬਾਅਦ ਫਿਰ ਆਪਾਂ ਜੀਰਾ ਪਾਇਆ ਇਹ ਤੋਂ ਬਾਅਦ ਅਸੀਂ 'ਚ ਪਾਵਾਂਗੇ ਦੇਗੀ ਮਿਰਚ ਆਪਾਂ ਇਹ 'ਚ ਪਾ ਕੇ ਜੀ ਨਾਲ ਦੇਗੀ ਮਿਰਚ 2 ਚਮਚ ਦੇਗੀ ਮਿਰਚ ਫਿਰ ਪਾਵਾਂਗੇ ਹਰੀ ਮਿਰਚ ਥੋੜ੍ਹਾ ਜਿਹਾ ਪਾਵਾਂਗੇ ਅਸੀਂ ਇਹਦੇ ਵਿੱਚ ਪਾਣੀ ਬੈਲੈਂਸ ਕਰਨ ਦੇ ਲਈ ਅਤੇ ਨਾਲ ਹਰੇ ਮਟਰ ਆਪਾਂ ਉਹਦੇ ਵਿੱਚ ਕਰ ਦਾਂਗੇ ਆਲੂ ਮਿਕਸ ਗੈਸ ਕਰ ਦਾਂਗੇ ਬੰਦ ਅਤੇ ਇਹ ਸਾਰਾ ਜੋ ਮਿਕਸਚਰ ਹੈ ਆਪਾਂ ਇੱਕ ਪਰਾਤ ਵਿੱਚ ਪਾ ਲਾਂਗੇ ਪਰਾਤ ਦੇ ਵਿੱਚ ਪਹਿਲਾਂ ਹੀ ਹਰਾ ਬੇਹਣ ਅਤੇ ਥੋੜ੍ਹੀ ਜਿਹੀ ਹਰੀ ਮਿਰਚ ਆਪਾਂ ਪਾਈ ਹੋਈ ਹੈ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਤੇ ਸਾਡਾ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਿਆ ਜੀ ਮਿਸ਼ਰਣ ਨੂੰ ਅਤੇ ਆਪਾਂ ਹੁਣ ਬਿਲਕੁਲ ਜਦੋਂ ਠੰਡਾ ਹੋ ਚੁੱਕਾ ਹੈ ਉਦੋਂ ਇਹਦੇ ਵਿੱਚ ਨਮਕ ਪਾਵਾਂਗੇ ਬਿਲਕੁਲ ਲਾਸਟ ਦੇ ਵਿੱਚ ਅਤੇ ਅੱਜ ਅਸੀਂ ਸਮੋਸੇ ਇਸ ਕਰਕੇ ਬਣਾ ਰਹੇ ਸਾਡਾ ਆ ਖੜ੍ਹਾ ਜੀ ਜਸ਼ਮੀਤ ਸਿੰਘ ਜਸ਼ਮੀਤ ਸਿੰਘ ਦਾ ਅੱਜ ਹੈਪੀ ਬਰਥਡੇ ਹੈ ਅਤੇ ਆਪਣਾ ਦੂਜਾ ਲੋਕਡਾਊਨ ਕਰਕੇ ਆਪਾਂ ਬਾਹਰ ਨਹੀਂ ਜਾ ਸਕਦੇ ਇਸ ਲਈ ਅੱਜ ਘਰੇ ਹੀ ਪ੍ਰੋਗਰਾਮ ਬਣਾਇਆ ਜੀ ਅਤੇ ਨਮਕ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲਓ ਜੀ ਇਹ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਖੁਸ਼ਬੂ ਬੜੀ ਲਾਜਵਾਬ ਹੈ ਜੀ ਅਤੇ ਬਸ ਆਪਾਂ ਹੁਣ ਇਹਦੀ ਫਿਲਿੰਗ ਦੀ ਤਿਆਰੀ ਲੱਗਿਆ ਕਰਨ ਅਤੇ ਲਓ ਜੀ ਹੁਣ ਆਪਾਂ ਇਹਦੀ ਫਿਲਿੰਗ ਕਰਨ ਲੱਗੇ ਹਾਂ ਥੋੜ੍ਹਾ ਪਾਣੀ ਲਿਆ ਪਾਣੀ ਨੂੰ ਇਹ ਸਾਰੇ ਪਾਸੇ ਲਗਾਇਆ ਅਤੇ ਇਸ ਤਰ੍ਹਾਂ ਸਮੋਸੇ ਨੂੰ ਬਣਾ ਲਿਆ ਆਪਾਂ ਇਹਦੇ ਵਿੱਚ ਆਲੂ ਫਿਲ ਕਰ ਦਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਬੰਦ ਕਰ ਦਿਆਂਗੇ ਜੀ ਇਸ ਤਰ੍ਹਾਂ ਸਾਡੇ ਸਮੋਸੇ ਤਿਆਰ ਹੋ ਰਹੇ ਨੇ ਇੱਕ ਵਾਰੀ ਫਿਰ ਦੇਖੋ ਜੀ ਆਲੂ ਫਿਲ ਕੀਤੇ ਬਿਲਕੁਲ ਹੌਲੀ ਜਿਹਾ ਮਰੋੜੇ ਹੁਣ ਇਸ ਤਰ੍ਹਾਂ ਜੀ ਇਸ ਤਰ੍ਹਾਂ ਫੋਲਡ ਕਰ ਲਿਆ ਜੋੜ ਲਿਆ ਅਤੇ ਦੂਜਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਪਾਂ ਸਮੋਸੇ ਫਿਲ ਕਰ ਲੈਣੇ ਆਪਣੇ ਇਸ ਤਰ੍ਹਾਂ ਹੌਲੀ ਆਪਾਂ ਸਾਰੇ ਸਮੋਸੇ ਫਿਲ ਕਰ ਲਾਂਗੇ ਜੀ ਲਓ ਜੀ ਅਤੇ ਸਾਡੇ ਸਾਰੇ ਸਮੋਸੇ ਫਿਲ ਹੋ ਚੁੱਕੇ ਨੇ ਜੀ ਅਤੇ ਹੁਣ ਆਪਾਂ ਕਰਦੇ ਇਹਦੀ ਫਰਾਈ ਦੀ ਤਿਆਰੀ ਆਇਲ ਗਰਮ ਹੋ ਚੁੱਕਾ ਅਤੇ ਆਪਾਂ ਹੁਣ ਸਮੋਸੇ ਫਰਾਈ ਕਰਾਂਗੇ 2-2 ਪੀਸ ਪਾ ਕੇ ਅੱਜ ਆਪਾਂ ਗੈਸ ਨਹੀਂ ਯੂਜ਼ ਕੀਤੀ
ਇਸ ਤਰ੍ਹਾਂ ਬਣਾ ਕੇ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜੀ। ਇਸ ਤਰ੍ਹਾਂ ਹੌਲੀ ਹੌਲੀ ਕਰਕੇ ਆਪਾਂ ਸਾਰੇ ਸਮੋਸੇ ਫਰਾਈ ਕਰ ਲਾਂਗੇ। ਫਰੈਂਡਸ, ਆਪਾਂ ਸਾਰੇ ਸਮੋਸੇ ਜੋ ਹੈ ਫਰਾਈ ਕਰ ਚੁੱਕੇ ਹਾਂ ਜੀ। ਦੇਖੋ ਇਹ ਜੋ ਸਮੋਸੇ ਦੇ ਵਿੱਚ ਇਹ ਵਾਲੀ ਚੀਜ਼ ਹੈ ਜਿਵੇਂ ਫੁੱਲਿਆ ਹੋਇਆ ਹੈ, ਅਗਰ ਤੁਸੀਂ ਬਿਲਕੁਲ ਫਲੈਟ ਚਾਹੁੰਦੇ ਹੋ, ਪਲੇਨ ਚਾਹੁੰਦੇ ਹੋ ਸਮੋਸਾ ਬਣੇ, ਤਾਂ ਜਿਵੇਂ ਅਸੀਂ 1 ਕਿਲੋ ਮੈਦੇ ਦੇ ਵਿੱਚ 200 ਗ੍ਰਾਮ ਘੇ ਪਾਇਆ ਸੀ, ਤੁਸੀਂ ਉਹਨੂੰ ਘੱਟ ਕਰ ਸਕਦੇ ਹੋ, ਤੁਸੀਂ 100 ਗ੍ਰਾਮ ਪਾ ਸਕਦੇ ਹੋ। ਠੀਕ ਹੈ ਜੀ, ਪਰ ਸਾਨੂੰ ਇਸ ਤਰ੍ਹਾਂ ਦੇ ਪਸੰਦ ਹੈ, ਇਸ ਲਈ ਆਪਾਂ ਇਸ ਤਰ੍ਹਾਂ ਦੇ ਬਣਾਏ ਹਾਂ। ਹਾਂਜੀ ਦੋਸਤੋ, ਅੱਜ ਬਣਾਉਣ ਜਾ ਰਹੇ ਹਾਂ ਅਸੀਂ ਛੋਲੇ, ਅਤੇ ਇਹ ਛੋਲੇ ਜੋ ਲਗਭਗ 8 ਘੰਟੇ ਪਹਿਲਾਂ ਅਸੀਂ ਪਾਣੀ 'ਚ ਭਿਓ ਕੇ ਰੱਖੇ ਸੀ। ਇਹ ਛੋਲੇ ਮਿਕਸ ਹੈ, ਇਹਦੇ ਵਿੱਚ ਥੋੜ੍ਹੇ ਵੱਡਾ ਸਾਈਜ਼ ਅਤੇ ਛੋਟਾ ਸਾਈਜ਼ ਦੋਨੋਂ ਮਿਕਸ ਨੇ। ਠੀਕ ਹੈ ਜੀ, ਅਤੇ ਆਪਾਂ ਬਣਾਵਾਂਗੇ ਅੱਜ ਛੋਲੇ, ਅਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਉਬਾਲਾਂਗੇ। ਇਸ ਪਤੀਲੇ ਵਿੱਚ ਆਪਾਂ ਛੋਲੇ ਪਾਏ, ਇਹਨਾਂ ਛੋਲਿਆਂ ਨੂੰ ਅਸੀਂ ਧੋਤਾ ਵੀ ਹੈ, ਮਤਲਬ ਕਿ 8 ਘੰਟੇ ਭੇਣ ਤੋਂ ਬਾਅਦ ਫਿਰ ਇਹਨੂੰ 2-3 ਵਾਰ ਧੋਤਾ। ਅਤੇ ਆਪਾਂ ਇਹਦੇ ਵਿੱਚ ਇੱਕ ਇਹ ਪਾ ਦਾਂਗੇ ਚਾਹ ਪੱਤੀ ਦੀ ਪੋਟਲੀ, ਅਤੇ ਆਮਲਾ ਪਾਊਡਰ, ਅਤੇ ਬਾਕੀ ਇਹ ਵਾਲਾ ਸਮਾਨ ਹੈ ਜੀ ਇਹਦੇ ਵਿੱਚ, ਇਹ ਥੋੜ੍ਹੇ ਜਿਹੇ ਲੌਂਗ ਹੈ, ਜਵਿੱਤਰੀ ਹੈ, ਵੱਡੀ ਇਲਾਇਚੀ ਅਤੇ ਛੋਟੀ ਇਲਾਇਚੀ, 3 ਛੋਟੀ ਇਲਾਇਚੀ, ਦਾਲਚੀਨੀ ਵੀ ਇਹਦੇ ਵਿੱਚ ਇਹ ਪਾਤੀ, ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਇਹ ਲਗਭਗ 1/2 ਕਿਲੋ ਦੇ ਕਰੀਬ ਛੋਲੇ ਆ ਜੀ। ਅਤੇ ਹੁਣ ਆਪਾਂ ਇਹਨਾਂ ਨੂੰ ਉਬਾਲਾਂਗੇ, ਅਤੇ ਆਪਾਂ ਉਬਾਲਾਂਗੇ ਇਹਨੂੰ, ਸਾਡੇ ਕੋਲ ਬਾਹਰ ਚੁੱਲ੍ਹਾ ਬਲਦਾ ਪਿਆ ਜੀ ਲੱਕੜ ਵਾਲਾ, ਅਤੇ ਆਪਾਂ ਲੱਕੜ ਵਾਲੇ ਚੁੱਲ੍ਹੇ ਦੇ ਉੱਤੇ ਰੱਖ ਕੇ ਇਹਨੂੰ ਉਬਾਲਾਂਗੇ ਜੀ। ਅਤੇ ਇਹ 'ਚ ਥੋੜ੍ਹਾ ਜਿਹਾ ਪਾਵਾਂਗੇ ਆਪਾਂ ਬੇਕਿੰਗ ਪਾਊਡਰ, ਅਤੇ ਬਿਲਕੁਲ ਥੋੜ੍ਹਾ ਜਿਹਾ ਬੇਕਿੰਗ ਪਾਊਡਰ, ਅਤੇ ਹੁਣ ਆਪਾਂ ਇਹਨੂੰ ਉੱਬਲ ਹੀ ਰੱਖ ਦਾਂਗੇ। ਆਪਣੇ ਛੋਲੇ ਜੀ ਹੈ ਜੋ ਉੱਬਲ ਚੁੱਕੇ ਨੇ ਜੀ, ਇਹ ਦੇਖੋ, ਅਤੇ ਆਪਾਂ ਇਹਨੂੰ ਤੜਕਾ ਲਾਵਾਂਗੇ। ਉਹ ਤੁਹਾਨੂੰ ਪਤਾ ਹੀ ਹੈ, ਪਹਿਲਾਂ ਤਾਂ ਆਪਾਂ ਸਰ੍ਹੋਂ ਦਾ ਤੇਲ, ਤੇਲ ਗਰਮ ਹੋਣ ਤੱਕ ਇੰਤਜ਼ਾਰ ਕਰਾਂਗੇ ਜੀ। ਅਤੇ ਆਇਲ ਸਾਡਾ ਬਿਲਕੁਲ ਗਰਮ ਹੋ ਚੁੱਕਾ ਜੀ, ਅਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜ੍ਹੀ ਜਿਹੀ ਹਿੰਗ, ਅਤੇ 1 ਚਮਚ ਜੀਰਾ, ਅਤੇ ਪਿਆਜ਼, ਅਤੇ ਪਿਆਜ਼ ਨੂੰ ਥੋੜ੍ਹੀ ਦੇਰ ਭੁੰਨ ਲਾਂਗੇ। ਅਤੇ ਪਿਆਜ਼ ਸਾਡਾ ਜੀ ਹੁਣ ਥੋੜ੍ਹਾ ਜਿਹਾ ਹੋ ਚੁੱਕਾ ਜੀ ਸੋਫਟ, ਅਤੇ ਆਪਾਂ ਪਾ ਦਾਂਗੇ ਅਦਰਕ, ਅਤੇ ਅਦਰਕ ਲਸਣ ਦੀ ਪੇ ਚੋਪਡ ਕੀਤਾ ਹੋਇਆ ਜੀ। ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਜੀ ਹਲਕਾ ਬਰਾਊਨ ਹੋਣ ਤੱਕ, ਇਹਨੂੰ ਪਕਾਵਾਂਗੇ। ਮਸਾਲਾ ਸਾਡਾ ਭੁੱਜ ਚੁੱਕਾ ਜੀ, ਇਹਦੇ ਵਿੱਚ ਪਾ ਦਾਂਗੇ ਥੋੜ੍ਹਾ ਜਿਹਾ ਅਸੀਂ ਅਨਾਰਦਾਣਾ, ਅਤੇ ਟਮਾਟਰ, ਇਹਦੇ ਵਿੱਚ ਪਾਇਆ ਥੋੜ੍ਹਾ ਜਿਹਾ ਅਨਾਰਦਾਣਾ ਅਤੇ ਟਮਾਟਰ, ਅਤੇ ਆਪਾਂ ਇਹਨੂੰ ਥੋੜ੍ਹੀ ਦੇਰ ਫਿਰ ਪਕਾਵਾਂਗੇ ਜੀ। ਅਤੇ ਨਾਲ ਪਾ ਦਾਂਗੇ ਹਰੀ ਮਿਰਚ, ਅਤੇ ਹਲਦੀ 2 ਚਮਚ, ਗਰਮ ਮਸਾਲਾ 2 ਚਮਚ, ਦੇਗੀ ਮਿਰਚ 2 ਚਮਚ, ਚੰਗੀ ਤਰ੍ਹਾਂ ਮਿਕਸ ਕਰਾਂਗੇ ਅਤੇ ਫਿਰ ਪਕਾਵਾਂਗੇ। ਸਾਡਾ ਮਸਾਲਾ ਪੱਕ ਚੁੱਕਾ ਜੀ, ਅਤੇ ਆਪਾਂ ਜੀ ਥੋੜ੍ਹਾ ਜਿਹਾ ਪਾ ਦਾਂਗੇ ਪਾਣੀ, ਆਪਾਂ ਇਹਦੇ ਵਿੱਚ ਜਿਹੜਾ ਮਾਰਕੀਟ ਦੇ ਵਿੱਚ ਆਉਂਦਾ MDH ਦਾ ਆਪਣਾ ਮਸਾਲਾ, ਚਨਾ ਮਸਾਲਾ ਵੀ ਪਾ ਸਕਦੇ ਹਾਂ, ਪਰ ਆਪਾਂ ਇਹਦੇ ਵਿੱਚ
ਨੋਰਮਲ ਮਸਾਲੇ ਪਾਏ ਆ ਜਿਹੜੇ ਘਰ ਦੇ ਵਿੱਚ ਅਵੇਲੇਬਲ ਹੁੰਦੇ ਆ ਇਹ ਨੋਰਮਲ ਮਸਾਲੇ ਪਾ ਕੇ ਹੀ ਆਪਾਂ ਬਣਾਵਾਂਗੇ ਜੀ ਥੋੜ੍ਹੀ ਦੇਰ ਢੱਕ ਦਿਆਂਗੇ ਅਤੇ ਹੁਣ ਆਪਾਂ ਇਹ 'ਚ ਪਾ ਦਾਂਗੇ ਜੀ ਆਪਣੇ ਉਬਲੇ ਹੋਏ ਛੋਲੇ ਅਤੇ ਸਾਡੇ ਜੋ ਛੋਲਿਆਂ ਦਾ ਕਲਰ ਬਿਲਕੁਲ ਐਨ ਵਧੀਆ ਬਣਿਆ ਹੋਇਆ ਹੈ ਸਾਰੇ ਛੋਲੇ ਪਾ ਤੇ ਜੀ ਅਤੇ ਹੁਣ ਆਪਾਂ ਇਹਨੂੰ ਪੱਕਣ ਦੇ ਹੀ ਰੱਖ ਦਾਂਗੇ ਅਤੇ ਲਾਸਟ ਦੇ ਵਿੱਚ ਆਪਾਂ ਪਾ ਦਾਂਗੇ ਇਹਦੇ ਵਿੱਚ ਕਸਤੂਰੀ ਮੇਥੀ ਕਲਰ ਬਹੁਤ ਐਕਸੀਲੈਂਟ ਬਣਿਆ ਜੀ ਦੇਖੋ ਛੋਲਿਆਂ ਦਾ ਕਲਰ ਹੀ ਬਹੁਤ ਵਧੀਆ ਅਤੇ ਲਗਭਗ ਇਹਨੂੰ ਅਸੀਂ 10 ਮਿੰਟ ਪਕਾਵਾਂਗੇ ਜੀ ਦਸ ਮਿੰਟ ਬਾਅਦ ਸਾਡੇ ਛੋਲੇ ਬਿਲਕੁਲ ਰੈਡੀ ਹੋ ਗਏ ਜੀ ਖਾਣ ਵਾਸਤੇ ਹਾਂ ਜੀ ਤਾਂ ਸਾਡੇ ਛੋਲੇ ਬਿਲਕੁਲ ਬਣ ਚੁੱਕੇ ਨੇ ਕਲਰ ਦੇਖੋ ਤੁਸੀਂ ਵਾਹ ਇਹ ਤੁਸੀਂ ਕਲਰ ਦੇਖੋ ਲਾਈਟ ਬੰਦ ਕਰੋ ਚਿਮਨੀ ਦੀ ਆਹ ਦੇਖੋ ਕਲਰ ਬਾਕੀ ਹੁਣ ਗਾਰਨਿਸ਼ ਤੁਸੀਂ ਆਪੇ ਕਰ ਲਏ ਜੀ ਇਹਨੂੰ ਥੈਂਕ ਯੂ ਜੀ